ਭਾਜੀ ਇੱਕ ਵਾਰੀ ਨਾ ਮੈਂ ਬੇਨਤੀ ਕਰਦਾ ਵੀਰੇ ਅਵਤਾਰ ਦੇ ਬੇਨਤੀ ਕਰਨਾ ਵੀ ਨੂੰ ਵਾਰਨਿੰਗ ਦੇ ਕਰੀਏ ਇੱਕ ਵਾਰਨਿੰਗ ਆਪਾਂ ਜ਼ਰੂਰ ਦਿਆ ਕਰੀਏ ਪਹਿਲੀ ਵਾਰਨਿੰਗ ਹੁੰਦੀ ਹੈ ਬਾਈ ਜੀ ਨਵੀਂ ਟੀਮ ਨੂੰ ਆਪਾਂ ਜ਼ਰੂਰ ਦਿੱਤਾ ਵੀ ਅਗਲੀਆਂ ਟੀਮਾਂ ਨੋਟ ਕਰ ਲੈਣ ਬਾਰ ਬਾਰ ਆਪਾਂ ਦੱਸਾਂਗੇ ਤੁਹਾਨੂੰ ਕਿਉਂਕਿ ਮੈਚ ਹੁਣ ਤੱਕ ਚਾਰ ਪੰਜ ਹੋ ਚੁੱਕੇ ਆ ਹਾਂਜੀ ਅਵਤਾਰਾਂ ਦੇ ਇਸ਼ਾਰੇ ਆਪਾਂ ਜ਼ਰੂਰ ਲਿਖਾਂਗੇ ਇੱਕ ਵਾਰੀ ਤਾਂ ਆਪਾਂ ਜ਼ਰੂਰ ਟੀਮਾਂ ਨੋਟ ਕਰ ਲੈਣ ਵੀ ਪਹਿਲਾਂ ਵੀ ਦਿੱਤੀਆਂ ਗਈਆਂ ਨੋ ਅਗਲੀਆਂ ਟੀਮਾਂ ਵੀ ਨੋਟ ਕਰ ਲੈਣ ਔਰ ਇੱਕ ਵਾਧੂ ਰੱਖ ਜਾ ਜੁੜ ਗਿਆ ਫਰੀ ਰੱਖਾ ਦੇ ਕਰਾਂ ਦੇ ਵਾਧੇ ਹੋਣ ਦੇ ਜੀ ਤੇ ਪੈਂਦੀ ਬਾਤ ਕਰਨ ਸਾਹਮਣਾ ਕਰੇਗਾ ਸੁਣ ਕੇ ਜੀ ਲਾਓ ਕਰਾਂ ਦੇ ਵਾਧੇ ਹੋਣ ਦੇ ਵੀਰੋ ਦੋ ਬੁਲਾ ਲਓ ਲਾਓ ਸਾਹਮਣਾ ਉਹ ਵੀ ਦੇ ਸਾਹਮਣਾ ਕਰਨ ਦੇ ਅਤੁਲ ਦੀ ਬਾਤ ਹੋਵੇ ਜੀ ਲਾਵੀ ਨੌਜਵਾਨ ਪਿਆਰੀ ਖੇਚ ਰੋਹਿਤ ਦੇ ਸਾਹਮਣਾ ਕਰਨਾ ਮੇਰੇ ਵੀਰੋ ਕਦੇ ਰੋਹਿਤ ਕੰਡੀ ਕਿਹੜੀ ਗੱਲ ਹੁੰਦੀ ਹੈ ਕਦੇ ਪੱਤੇ ਪਾ ਕੇ ਆਸ਼ੂ ਦੇ ਰੰਗ ਦੇ ਰੋਹਿਤ ਜਗਜੀਤ ਸਿੰਘ ਨੂੰ ਬਹੁਤ ਮੇਰੇ ਲੱਗ ਹੁੰਦੀ ਹੈ ਮੇਰੇ ਵੀਰੇ ਜਿਹਨੂੰ ਦੁਨੀਆ ਪੱਠਾ ਜੋੜੀ ਦੇ ਨਾਮ ਜਾਣਦੀ ਹੈ ਪਰ ਆਹ ਬੰਦਾ ਕਦੇ ਰੋਹੀ ਤਾਂ ਮੇਰੇ ਵੀਰੇ ਪਹਾੜਾ ਦੇ ਨਾ ਕਰੇ ਅਗਲੇ ਪਹਾੜਾ ਰਜੀਤ ਸਿੰਘ ਪਾਰਕ ਤੇ ਜਿੱਥੋਂ ਚੱਲ ਕੇ ਆਇਆ ਮੁੰਡੇ ਆਪਣੀ ਟੀਮ ਨਾਲ ਅਗਲ ਗਿਆ ਮੇਰੇ ਵੀਰੇ ਤੇ ਪੈਂਦੀਆਂ ਬੋਲਾਂ ਇਸ ਵੇਲੇ ਆਦੋਲ ਨੇ ਬੋਲ ਪਾਉਣੀ ਹੈ ਅਗਲੀ ਬਾਲ ਪਾਉਣੀ ਮੁੰਡਾ ਤਿਆਰ ਮੁੜ ਤਿਆਰ ਆ ਮੇਰੇ ਵੀਰੇ ਭਾਵੇਂ ਪਹਿਲੀ ਬਾਲ ਨੂੰ ਹੋਈ ਹੈ ਪਰ ਮੁੰਡੇ ਨੇ ਹਜੇ ਬੰਦਾ ਖਿੱਚ ਕੇ ਪਾ ਦਿੱਤੀ ਹੈ ਵਾਹ ਵਾਹ ਨੌਜਵਾਨਾਂ ਦੀ ਅੰਪਾਇਰਾਂ ਦੇ ਇਸ਼ਾਰੇ ਲੱਗ ਪਏ ਯਾਰ ਅੰਪਾਇਰ ਸਾਹਿਬ ਲੈ ਕੇ ਇੱਧਰ ਨੂੰ ਇਸ਼ਾਰਾ ਆਪਾਂ ਜ਼ਰੂਰ ਕਰਦੇ ਕਰੀਏ ਵੀ ਲੈਗ ਬਾਏ ਦਾ ਜਿਹੜਾ ਇਸ਼ਾਰਾ ਆਪਾਂ ਜ਼ਰੂਰ ਕਰਦੇ ਕਰੀਏ ਉਧਰ ਇੱਕ ਰਨ ਦੇ ਵਾਧੇ ਖੋਲ ਗਏ ਵਾਹ ਹੋਏ ਅੱਬੂਏ ਰੈਡੀਆ ਬੋਲਾ ਮੁੰਡਾ ਸੋਹਣੀ ਮਾਰਿਆ ਅੱਜ ਵੀਡੀਓ ਗੋਲ ਦਾ ਜਿਹੜਾ ਇਹ ਖਿਡਾਰੀ ਮੁੰਡਾ ਸਾਹਮਣੇ ਕਰੀਏ ਬੋਲਾ ਪਾਉਣ ਦੀ ਤਿਆਰ ਬਰਤਿਆਰ ਹੈ ਅੱਬੂ ਨਾਮ ਆ ਮੁੰਡੇ ਦਾ ਆਹ ਟੀਮ ਵੀ ਮਹਾਰਾਜ ਰਣਜੀਤ ਸਿੰਘ ਪਾਰੇ ਤੋਂ ਉਧਰ ਕੇ ਆਈ ਹੈ ਤੇ ਪੈਂਦੀ ਸਹੀ ਬਾਤ ਤੇ ਮੁੰਡੇ ਕੋ ਬੱਲੇ 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 चापलूसी कर बर के तू पार दी कप्पे बड़े जगते सूर ने पहली दिखने बैठ छड़ता सिर इतो इन्हें राय करता जी एक दिन सिर मार के जाना जो और खेल मैदान में शेर अंदर वादे करण ने कर दिते है और करण के सामने मेरे वीर सही बाला पा रहे ते मुंडा कहने उधर बाला पा रहे है ते सामने करण ने जा रहे फील्डिंग सेट कर ली है ओ छक्के जिधर को मार देना है ई उधर को खिलाड़ी ला देते है ते जिधर को मैंने मार देना उधर को खिलाड़ी ला देते है कौन गोला के दिखा रहे है इस वेले खेल के मैदान विच पाउन दी बॉल अब्दुल मेरे वीर प्यार भर प्यार ते करण ने सामना करना है करण ने सामना करना लिया भी नौजवान है अगली बॉल ते चौका छक्का जरूर आऊ ठीक है करण ठीक है देख के बस खड़ा रहा सर गोलता होगी सर जा छोड़ियो मेरा वीरो ਜਿਹੜੀ ਬਾਤ ਨੂੰ ਸੁਣਦਾ ਸਟੇਜ ਤੇ ਰਜਾ ਸੂਰੀ ਹੈ ਜਾਰ ਸੂਰੀ ਹੈ ਪਾਣੀ ਪਿਲਾਉਣ ਵਾਲਾ ਵੀਰ ਸਾਡਾ ਆ ਜਾ ਬੜਾ ਧੰਨਵਾਦ ਜੀ ਸਾਰੇ ਪ੍ਰਬੰਧ ਕਮੇਟੀ ਦਾ ਮੈਰਿਜ ਪ੍ਰੀਤੀ ਜੀ ਦੇ ਜਿਹਨਾਂ ਨੇ ਅੱਜ ਵੱਡੇ ਮਾਨ ਸਨਮਾਨ ਵੀ ਕੀਤੇ ਹੈ ਔਰ ਰਿਫਰੈਸ਼ਮੈਂਟ ਦੀ ਸੇਵਾ ਵੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਦੱਸਿਓ ਬਈ ਇੱਕ ਓਵਰ 15 ਵਾਹ ਸ਼ਾਬਾਸ਼ ਵੈਰੀ ਗੁੱਡ ਲਓ ਸਾਹਮਣੇ ਤਿਆਰ ਆ ਤੇ ਨਾ ਜਿਹੜਾ 6 4 10 ਓਵਰ ਦੀ ਸਮਾਪਤੀ ਵੀ ਹੋ ਗਈ ਹੈ 10 2 ਛੱਕੇ ਪਏ ਆ ਨਾ 14 15 19 ਹੋ ਗਏ 16 19 ਰਨਾਂ 18 19 ਇੱਕ ਓਵਰ ਦੀ ਸਮਾਪਤੀ ਤੇ 19 ਰਨਾਂ ਜੀ 19 ਰਨਾਂ ਅਬ ਤੋਂ ਬਚੀ ਨਹੀਂ ਕਬ ਅਗਰ 70 ਪਲੱਸ ਹੋ ਗਏ ਤਾਂ ਬਚਾ ਦੇਗਾ ਨਹੀਂ ਠੀਕ ਆ ਕੰਫੀਡੈਂਸ ਆ ਗਿਆ 70 ਪਲੱਸ ਹੈ ਜੀ ਹਾਂ हेलो हाँ हाँ गुलशन चल 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 चल
ਬਹੁਤ ਵਧੀਆ ਬਹੁਤ ਵਧੀਆ ਪਤਾ ਨਹੀਂ ਮੈਂ ਤਾਂ ਹੁਣੀ ਆਇਆ ਅਰਮਾਨ ਸਰ ਕਿੱਥੇ ਗਏ ਅਰਮਾਨ ਸਰ ਕਿੱਥੇ ਨੇ ਉਧਰ ਬੈਠੇ ਉਧਰ ਬੈਠੇ ਉਧਰ ਸਾਹਮਣੇ ਓਵਰ ਦੀ ਸਮਾਪਤੀ ਦੋ ਓਵਰ 28 ਓਵਰ ਜੀ 28 ਰਨਾਂ ਜੀ ਦੋ ਓਵਰਾਂ ਦੀ ਸਮਾਪਤੀ ਤੇ 28 ਰਨਾਂ ਉਹ ਸਾਰੀ ਪ੍ਰਬੰਧਕ ਕਮੇਟੀ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਵੱਡੇ ਉਪਰਾਲੇ ਕੀਤੇ ਆ ਔਰ ਅੱਜ ਜਿਹੜਾ ਖੇਡ ਕ੍ਰਿਕਟ ਟੂਰਨਾਮੈਂਟ ਕਰਾ ਜਾ ਰਹੇ ਆ ਇੰਟਰਾ ਸਿਟੀ ਕ੍ਰਿਕਟ ਟੂਰਨਾਮੈਂਟ ਚੌਥਾ ਇੰਟਰਾ ਸਿਟੀ ਕ੍ਰਿਕਟ ਟੂਰਨਾਮੈਂਟ ਜਿਹੜਾ ਹਰ ਸਾਲ ਹੁੰਦਾ ਰਾਇਲ ਕੋਚਿੰਗ ਇੰਸਟੀਚਿਊਟ ਉਹਨਾਂ ਵੱਲੋਂ ਸ੍ਰੀ ਮੀਤ ਮਲਿਕ ਦੀ ਯਾਦ ਨੂੰ ਸਮਰਪਿਤ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਵੱਡੀ ਮੁਬਾਰਕਬਾਦ ਹੈ ਵੱਡਾ ਧੰਨਵਾਦ ਹੈ ਔਰ ਜਿਨ੍ਹਾਂ ਨੇ ਪਿਛੜਿਆਂ ਦੀ ਯਾਦਾਂ ਨੂੰ ਜਿਹੜਾ ਟੂਰਨਾਮੈਂਟ ਕਰਵਾਇਆ ਔਰ ਕਹਿੰਦੇ ਵੱਡੇ ਵੱਡੇ ਜਿਹੜੇ ਖਿਲਾੜੀਆਂ ਦੇ ਇਨਾਮ ਦਿੱਤੇ ਗਏ ਆ ਅਨੀਸ਼ ਮਲਿਕ ਜੀ ਭਾਜੀ ਨਾਲ ਰਾਜ ਮਲਿਕ ਜੀ ਮੈਡਮ ਸਾਡੀ ਪ੍ਰੀਤੀ ਜੀ ਨਾਲ ਸਾਰੀ ਪ੍ਰਬੰਧਕ ਕਮੇਟੀ ਮੈਂ ਜਿਹਨਾਂ ਦੇ ਨਾਮ ਨਹੀਂ ਜਾਣਦਾ ਮਾਫੀ ਚਾਹੁੰਦੇ ਆ ਔਰ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਮੁੰਡਾ ਬੋਲਾ ਪਾਉਣ ਲਈ ਤਿਆਰ ਪ੍ਰਤਿਆਸ਼ਾ ਦੇਖ ਜੀ ਇੱਕ ਪਾਸੇ ਟੀਮ ਜਿਹੜੀ ਦੋਨੇ ਟੀਮਾਂ ਹਰਜੀਤ ਸਿੰਘ ਪਾਰਕ ਤੋਂ ਆਈ ਜੀ ਇਸ ਵੇਲੇ ਮੈਂ ਕਿਸੇ ਬਾਲ ਦੇ ਮੁੰਡੇ ਟਰਾਈ ਕਰਦੇ ਤੇ 4 ਰਨ ਦੇ ਯਕੀਨਨ ਤੌਰ ਤੇ ਹੋਰ ਜਿੱਤ ਰਹੇ ਜੀ ਵਾਹੋ ਦਾ ਜਵਾਨਾਂ ਵੀ 4 ਰਨ ਇਸ ਵੇਲੇ ਮੁੰਡਾ ਆਪਣੀ ਟੀਮ ਲਈ ਜੋਰ ਦਿੰਦੇ ਆ ਮੈਚ ਬੜਾ ਤਕੜਾ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਇਸ ਵੇਲੇ ਸਾਹਮਣੇ ਟੱਕਰ ਪੂਰੀ ਸਿਰੇ ਦੀ ਆ ਵੀ ਦੋਨਾਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾ ਰਿਹਾ ਨਾ ਸਿਰੇ ਦੀ ਟੱਕਰ ਆ ਸਿਰੇ ਦੀ ਸਿਰੇ ਦੀ ਸਿਰੇ ਦੀ ਟੱਕਰ ਆ ਔਰ ਜਿਹੜੇ ਇਸ ਵੇਲੇ ਤੂੰ ਸਬਰ ਸ਼ੁਕਰ ਤੇ ਤੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਘਰ ਘਰ ਪਾਕੀ ਮੈਂ ਤੇ ਤੇਰੀ ਫੁੱਲ ਗੁਲਾਬ ਦੇ ਆ ਮਿੱਟੀ ਚੱਕ ਮੱਥੇ ਨੂੰ ਲੋਕੀ ਲਾ ਲੈਣਗੇ ਤੇਰੇ ਰਾਹ ਦੀ ਸਫਲ ਕਰ ਜਾਂਦੇ ਮਾਮਾ ਜੀ ਸਫਲ ਕਰ ਜਾਂਦੇ ਮਾਮਾ ਜੀ
दूजे पास की टीम जी रणजीत सिंह पार्क में जुड़ गई है। तो 35 साल तो इस वे बाइक के इशारे पैरों वालों कर दिए गए हैं और एक वादू रंग जो जुड़ता नजर आ रहे हैं। एक सोनी बाल जी नहीं हुई तो सामने पुट दी रंग बंद होर के दुर्गे लावे नौजवान रेहती है बोलना सोने पा दे रेहती है बोलना सोने पा दे एन के तो गलत टकाने लगे बड़ी हैं। अब नोरमल का खेल ग्राउंड है तो जिसे बड़िया रौनक लगियां लुधियाने की धरती है और कहते पंजाब का माण मत्था पैदा तो जिसे बड़िया रौनक लगियां तो रॉयल इंस्टीट्यूट तो जिन्ना वालों को जो जिन्ना वालों एक चौथा साल आ गया मेरे को जितने बंदा टूरनामेंट करवा पिछले सालों में देखते भी राज भाजी उन्होंने भी एन कहते वा टूरनामेंट जितया और कहते एक बड़ी टीम बना देते हैं। अब उन्होंने बात भी हो रहा कि राज मलिक पास उन्होंने टीम भी खेलती नजर आएगी और खेल के मैदान के उस वे कहते सामने मुंडा बोला पारे तो सामने पैदा बोला आ मुंडा कहते सामने महाराजा की टीम तो सामने करने तैयार बढ़ गया लाओ सामने कहते मुंडा पंड बोला पाउन भी तैयार बढ़ गया तीन ओवर ते 37 रन बजे नोट कर लो 3 ओवर ते 37 रन शर्मन भाजी जिन्होंने सामना करना इस वे बॉल का शर्मन भाजी ने सामना करना और इस वे सामना करने लिए तैयार पर तैयार हैं मेरे और टीम की भी वड्डी जिम्मेवारी है ते अपने कहते टीम के लिए मैंने लगता भी 4 रन अगर ताली मार रहे कोई जोर दीवार बल्ले बल्ले करवा दी है। शर्मन भाजी ने आने के चौका जरा एन लेग फोर के मार दिता और अपनी टीम को जरा मोटा जल लग गया दिखे क्योंकि छिंद के निशान फिर लाए जाते झंडे पहला बार कलमा के पिछों बार खंडे के चार ही तरीकों का काम करे बंदा खुदा शौक न प्यार लाल जी खंडे भी चार ही तरीकों का काम करे बंदा खुदा शौक न प्यार लाल जी खंडे इस वे पैंती फू बाल तो श्रवण भाई ने सामना करना गुलशन की बाल होगी तो पैंती फू बाल इस वे गुलशन भाई दिखे गए मार लो गुलशन ने कदिया बोला इतने फील्डर ने भी कमाल कर दी है अद्धा अद्धा क्रैकेट दोनों नहीं आता अद्धा अद्धा क्रैकेट इन्हों दोनों कपड़ों नहीं आता तो मैं इस बार इस वे बाइट के इशारे पर हो देख के प्लेयर गिरते पे ना हूँ कैश फैला शर्मा सर का भारी सी मैं नाम गिरी वाला सी बोल मेरे सामने आज आउट है गेम देखी मेरा सर देख ले हेलो यार दिए हां जी पापा ए तो मैं कर रहा हूं
पूरी नहीं आई, पूरी नहीं आई। सात अठ ही ना तो लिखे नहीं नहीं टीचर खड़ा करना यार थोड़ी है। शर्मन ने क्या प्लेयर देने वास्ते बलविंदर चार ओवर छियालीस छियालीस चार ओवर से छियालीस स्कोर है चार ओवर से छियालीस लाओ जी चार ओवर से छियालीस रन भाई जी चार ओवर से छियालीस रन जो महाराजा की टीम ने है और कहते खेल के मैदान दसिए भी जल्दी के नाम अगला बॉलर का नाम की है बॉलर का नाम हर जरूर सिंह कौन है बलविंदर ने वाल पड़े बलविंदर बलविंदर ने मतलब पौड़ी है और इस वे खेड के मैदान में ला भी नौजवान तैयार हो गया नौजवान सामने बॉल बॉल सामने खबे अपने खिलाड़ी पैदी बाद कहते सामने सोहनी बॉल जी बात से बढ़ गए सोहने फील्ड भी जी अपने आप कर दी है बाकी कहते चलते हवावान के रुख मोड़ देते हैं रोडिया बॉलों के सामने बंदा पाने के तैयार पर तैयार भी उच्चा लंबा कद से उच्ची लंबी फेद मुंड का उच्चा लंबा कद उच्ची लंबी फेद खेड के मैदान में उन्होंने इशारे पर जरूर दिखा गई एक अपील जी जरूर की गई है लगभग रन जरा नहीं है और जो बॉल डाउट दिखती गई है बॉल डाउट है और खेल के मैदान में बॉल जो डाउट बनी जा रही है अगली बार फिर इसे मुंडे बलविंदर ने पानी है रेडिया बॉलर के मुंडे पाउन की तैयार पर तैयार खेल के मैदान में दिखा दे पिछले फील्डर है और जो यकीन तौर पर खून के दिल जीए एक रन जो मुंडे अपनी टीम ने भाग के जोड़ दिता रेडिया तीन बॉलर इधर ने भाई जी की बनता लाभ ही बनता की है मित्र भी उठे भावे बोला यार लख पैदा भी गल छेगे तो मुकड़ी है कल सारी छेगे ने मुकड़ी है कल तो सारी छेगे ने मुकड़ी छेगे मारने पड़े हैं छेगे मार के दुनिया चौनी पड़ी है अत होंगी नहीं अत करवानी पड़ी है गल बनती नहीं गल बनानी पड़ी है यह गल बनती है टिप्पा जी से बाल इस वे खड़ारे पिछे है तो एक तो दूजे की रंग जी फिर की है तो रंग जो जरूर एक हो गए दो रन जी दो रन नौ बाला जी नौ बाला भाई जी नौ बाला नौ बाला नौ बाला तो भज के दो रन तीन रन जे आप ला लवेंगे स्कोर बोर्ड से तीन रन जो वाधू ला देवे तीन रन वाधू ला देंगे अंपायरों के इशारे जो बॉल हो चुकी है कि रन जे तीन ला रहे मित्र तीन रन जो स्कोर बोर्ड से जोर दिए जाएंगे एक वधिया पहल साडे वीर ने की है दो तीन मैचों से लगातार पहल कर रहे हैं अंपायरिंग बड़ी सोहनी कर रहे हैं बड़ा धन्यवाद अंपायर वीरना जी कि जेडे कले कले पल को कले कले बॉल को एन जज कर रहे कोई जज का फैसला रब बराबर हों रब का जो फैसला फिर सारा मनना पैदा एन कहते खेल के मैदान में बोला पाउन के मुंडा बलविंदर प्यार पर प्यार तो सामने महाराजा की टीम का खिलाड़ी सामना करेगा और इस बेले पंजी हो लाओ सामने खेल के मैदान सामने बड़ा पौन भी प्यार को प्यार बिरो खिलाड़ी लाजी फेर हो गई बाजड़ी फेर हो गई हाले तो यार मैदान कुछ भी हो सकता भी हाले तो पीर कमान है कुछ भी हो सकता है हाले तो होर जवान कुछ भी हो सकता खबे अथवा खिलाड़ी है सामने कहते प्यार फ्री है जरूर करता
ਕਰਦਾ ਹੋਰ ਕੌਣ ਨੂੰ ਜੀ ਨਹੀਂ ਕਰਦਾ ਇਹਦਾ ਜੀ ਨਹੀਂ ਕਰਦਾ ਪਿਆ ਹਾਲੇ ਦੀ ਹਾਲੇ ਦੀ ਬੱਜ ਨਹੀਂ ਇਹਨੂੰ ਪਾਣੀ ਪੂਣੀ ਪਿਲਾਓ ਇਹਨੂੰ ਪਾਣੀ ਪੂਣੀ ਇਹਨੂੰ ਪਾਣੀ ਪੂਣੀ ਪਿਲਾਓ ਜਾ ਸੂਰੀਆ ਇਹਨੂੰ ਪਾਣੀ ਪੂਣੀ ਪਿਲਾਓ ਬੋਲਰ ਨੂੰ ਇਹਨੂੰ ਇਹਨੂੰ ਮੈਨੂੰ ਲੱਗਦਾ ਪਾਣੀ ਇਹਨੂੰ ਇਹਨੂੰ ਪਾਣੀ ਤੇ ਸਿਰ ਲੱਗਦਾ ਜਾ ਰਿਹਾ ਪਾਣੀ ਜਿਵੇਂ ਖੋਸੇ ਗੋਡ ਲੱਗਦਾ ਕਹਿੰਦਾ ਪਾਣੀ ਹੁਣ ਸਿਰ ਤੋਂ ਲੱਗਦਾ ਜਾ ਰਿਹਾ ਬੰਦਰਾ ਹੁਣ ਪਾਣੀ ਸਿਰ ਤੋਂ ਲੱਗਦਾ ਜਾ ਰਿਹਾ ਉਹ ਗੱਲ ਸੱਚੀ ਹੈ ਇਸ ਵੇਲੇ ਪਾਣੀ ਬਾਕੀ ਸਿਰ ਤੋਂ ਲੱਗਦਾ ਜਾ ਰਿਹਾ ਹੈ ਵੀ ਲਾਲ ਸਮੁੰਦਰ ਗੋਪੀ ਚੱਕਰ ਪਾਣੀ ਦੀ ਪਛਲੀ ਕਿੰਨਾ ਕਿੰਨਾ ਪਾਣੀ ਰਣਜੀਤ ਨਗਰਾਂ ਦੇ ਸਮਝਾ ਲਏ ਰਣਜੀਤ ਪਾਰਕ ਵਾਲੇ ਇਹਨੇ ਛੋਟੇ ਝੱਗੇ ਚੁੱਪ ਕਰਵਾ ਦੇਣਾ ਘੋਗੇ ਚੁੱਪ ਕਰਵਾ ਦੇਣਾ ਪੰਜੀ ਬਾਲ ਦੇ ਉੱਤੇ ਹੋਰ ਕਰਵਾਉਂਦਾ ਸ਼ਬਦ ਖਿਡਾਰੀ ਹੈ ਵੀ ਜਿਹਨੇ 13 ਨੌ ਬੋਲਾਂ ਮਾਰੀਆਂ ਸੀ ਆਹ ਕਦੇ ਜੇ ਬਾਬਰ ਸ਼ਬਦ ਦੇ ਰਿਕਾਰਡ ਦੇ ਉੱਤੇ ਫਿਰਦਾ ਬਾਬਰ ਸ਼ਬਦ ਦੇ ਰਿਕਾਰਡ ਦੇ ਉੱਤੇ ਫਿਰਦਾ ਉਹਨੇ ਕੁਝ ਨਾ ਕੁਝ ਜ਼ਰੂਰ ਕਰਵਾਉਣਾ ਤੇ ਲੱਪਾਂ ਬੰਦਰੇ ਅਸੀਂ ਕਰ ਕਰ ਕੇ ਛੱਡ ਦੋ ਕਿਉਂਕਿ ਨੌ ਗਿਆਰਵੇਂ ਗਿਆਰਵੇਂ ਪਤਾ ਨੀ ਕਿੰਨੇ ਪੈ ਗਏ ਆ ਜੇ ਹੋਰ ਬਦਲੇ ਦੋ ਹਰ ਲਏ ਨਾ ਦੋ ਹੀ ਦੋ ਹੋਇਆ ਔਰ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਬਾਜ ਦੀ ਇੱਕ ਬਾਕੀ ਆ ਉਸ ਓਵਰ ਦੀ 3 ਵੀ ਇੱਕ ਦਾਸਟ ਬੋਲ ਬਾਕੀ ਆ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੁੰਡੇ ਮੁੰਡੇ ਸਾਹਮਣੇ ਪਾਉਣ ਲਈ ਤਿਆਰ ਬਰਤਾ ਬਲਵਿੰਦਰ ਖਿੱਚ ਤਿਆਰੀ ਨੌਜਵਾਨ ਖਿੱਚ ਤਿਆਰੀ ਦੁੱਲੇ ਬੋਲਾਂ ਦਾ ਕੁਝ ਨਹੀਂ ਵਿਗੜਿਆ ਜਿਹਦੀ ਵਿਗੜ ਕਰ ਦੇ ਦੁਨੀਆ ਨੇ ਤਾੜੀ ਆਪ ਮਾਰ ਦੇਣੀ ਆ ਜਿਹਦੀ ਵਿਗੜ ਕਰ ਦੇ ਤਾੜੀ ਆਪ ਮਾਰ ਦੇਣੀ ਆ ਪਾਜੀ ਬਾਜ ਸਾਹਮਣੇ ਬੋਲਣ ਲੱਗ ਦਿੱਤੀ ਆ ਪੇਕਰਾਂ ਦੇ ਬਾਅਦ ਫੋਰ ਹੀ ਬਣਵਾਣਾ ਪੇਕਰਾਂ ਦੇ ਦਾਗ ਦੀ ਨਹੀਂ ਸਮਾਪਤੀ ਮਾਪੇ ਦੀ ਵੀ ਦੱਸਿਓ ਬਾਈ ਕਿ ਟਾਰਗੇਟ ਕਿੱਥੇ ਸੰਦੋ ਆ ਬਾਟੀ ਭਾਜੀ ਕਹਿੰਦੇ 100 ਦੇ ਦਾਂਗੇ ਮਨੀਸ਼ ਦੀ ਬਾਲ ਤੇ ਅਜੇ ਨੇ ਸਾਹਮਣਾ ਕਹਿੰਦਾ ਪਾਜੀ ਬਾਲ ਤੇ ਬਾਇਡ ਹੋ ਗਿਆ ਬਾਇਡ ਹੋ ਗਿਆ ਬਾਈ ਬੰਦਾ ਪੁੱਛਣਾ ਰਪੀਟ ਆ ਦੁਬਾਰਾ ਫੇਰ ਇੱਕ ਵਾਰੀ ਜਾਂ ਨਹੀਂ ਔਰ ਗੱਲਾਂ ਪਗਾਰੇ ਲਵੇਣੀਆਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਾਲਾ ਪਾਉਣ ਦੀ ਮਨੀਸ਼ ਫੇਰ ਤਿਆਰ ਕਰ ਤਿਆਰ ਔਰ ਕਹਿੰਦੇ ਸਾਹਮਣੇ ਅਜੇ ਦੇ ਸਾਹਮਣੇ ਕਰਦਾ ਖੇਡ ਮੈਦਾਨ ਦੇ ਵਿੱਚ ਅਜੇ ਸਾਹਮਣੇ ਕਹਿੰਦੇ ਗਿਆ ਲਓ ਜੀ ਰਪੀਟ ਤੇ ਫੇਰ 100 ਰੁਪਏ ਬਾਟੀ ਭਾਜੀ ਕੋਲ ਲੱਗ ਚੁੱਕੇ ਆ 70 ਤੇ 100 ਹੋ ਗਏ ਆ 70 100 ਪਰ ਉਹਨੇ ਚੌਕੇ ਦੇ ਉੱਤੇ ਬਦਲ ਕਰ ਦਿੱਤਾ ਵੀ ਚੌਕੇ ਚ ਤਬਦੀਲ ਕਰ ਦਿੱਤੇ ਆ ਵੀ ਤੀਲੀ ਤੇ ਬਣ ਗਿਆ ਲੌਗ ਤੇ ਲੌਗ ਤੇ ਟੋਕਾ ਬਣ ਗਿਆ ਦੇ ਆ ਦੇਖ ਲਾ ਦਿਲਦਾਰਾ ਮੇਰੀ ਬੋਲ ਤੇ ਵਜਿਆ ਸ਼ਾਟ ਹੁਣ ਚੌਕਾ ਬਣ ਗਿਆ ਦੇ ਵੀ ਪੱਟ ਤੇ ਭਾਜੀ ਖੱਡ ਤੇ ਖੜਦਾ ਟੋਕਾ ਬਣ ਗਿਆ ਦੇ ਰੱਬ ਚਾਰ ਦੇ ਵਾਧੇ ਮੁੰਡੇ ਨੇ ਆਪਣੀ ਟੀਮ ਲਈ ਅਜੇ ਨੇ ਜੋੜ ਦਿੱਤੇ ਆ ਖੱਬੇ ਆਪਣਾ ਖਿਡਾਰੀ ਆ ਰੱਬ ਭਾਵੇਂ ਪੀਕਾ ਮੇਰੀ ਟੀਮ ਵਰ ਗਿਆ ਪਰ ਮੁੰਡੇ ਨੇ ਕਹਿੰਦੇ ਚਰਚੇ ਵੱਡੇ ਆ ਐ ਖੇਡ ਮਾਰਨਾ ਵਿੱਚ ਪੀਕਾ ਦੀ ਪਾਸੀ ਜੋ ਉੱਤਰ ਗਈ ਤੂੰ ਪੁੱਛਦਾ ਵੀ ਕਹਿੰਦੇ ਹੋ ਗਿਆ ਪਾਜੀ ਬਾਲ ਨੂੰ ਤਾਂ ਮੈਂ ਟਰਾਈ ਕਰਦਾ ਸ਼ੇਰ ਮੜੇ ਮੋਤੇ ਕਰ ਦਿੰਦੇ ਆ ਵਾਹ ਓਏ ਨੌਜਵਾਨਾ ਵਾਹ ਓਏ ਨੌਜਵਾਨਾ ਪਿੱਛੇ ਸਭ ਤੋਂ ਪੌੜਾ ਪੈਂਦਾ ਪਿੱਚ ਰੱਗ ਦੇ ਤਾਂ ਜਾ ਕੇ ਚਰਚ ਹੁੰਦੇ ਨੇ ਪਿੱਚ ਜੱਗ ਦੇ ਰੱਗ ਦੇਖਿਆ ਨਹੀਂ ਜਾਂਦਾ ਇੱਥੇ ਗੋਰਾ ਅਤੇ ਕਾਲਾ ਵੀ ਨਾਮ ਜੱਗ ਦੇ ਬਣਾਉਣਾ ਨਹੀਂ ਸੁਖਾਲਾ ਵੀ ਨਾਮ ਜੱਗ ਦੇ ਗੱਲਾਂ ਲਿਖਦਾ ਹੈ ਲੋਕੋ ਪਿੰਡ ਵਾਲਾ ਵੀ ਨਾਮ ਜੱਗ ਦੇ ਬਣਾਉਣਾ ਨਹੀਂ ਸੁਖਾਲਾ ਉਹਨੇ ਸਾਰੇ ਚ ਪਾ ਦਿੱਤੇ ਆ ਗਰਾਊਂਡ ਤੋਂ ਬਾਹਰ ਬੋਲਣਾ ਹੁੰਦੀ ਆ ਅਗਲਾ ਫੇਰ ਪੰਜੀ ਬਾਲ ਇਸ ਵੇਲੇ ਅਜੇ ਨੇ ਫੇਰ ਸਾਹਮਣਾ ਕਰਨਾ ਵੀਰ ਪੰਜੀ ਬਾਲ ਹਾਏ ਰੱਬਾ ਜੇ ਤੈਨੂੰ ਆਹ ਬੱਲੇ ਤੇ ਆ ਜਾਂਦੀ ਨਾ ਇਹਦੀ ਉਹ ਲੱਗ
ਸੋਚ ਬੱਖ
ਔਰ ਫੇਰ ਤੇ ਮਾਰ ਦਿੱਤੇ ਦੀ ਫੁੱਟਬਾਲ ਤੇ ਮੁੰਡਾ ਕਿਤੇ ਆਸ਼ੂ ਸਾਹਮਣੇ ਕਰ ਲਈ ਪਿਆਰ ਮਤਲਬ ਪੈਂਦੀ ਬਾਲ ਤੇ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਜਿਹਦਾ ਖੌਫ ਬੜਾ ਜਿਹਦਾ ਖੌਫ ਹੋ ਗਿਆ ਜਿਹਦੇ ਇੱਕੋ ਇੱਕ ਸੈਂਟੀ ਮਾਰਿਆ ਇੱਕੋ ਇੱਕ ਸੈਂਟੀ ਮਾਰਿਆ ਉਹ ਆ ਗਿਆ ਪੂਰੇ ਵੀ ਜਿਹਦਾ ਖੌਫ ਬੜਾ ਵੀ ਗੱਲਾਂ ਟਿਕਾਣੇ ਲੱਗੇ ਕਿਉਂਕਿ ਕਿਉਂਕਿ ਰੋਡ ਵੀ ਬਥੇਰਾ ਮੋਢੇ ਉੱਤੇ ਟੱਗੀ ਦਾ ਤੂੰ ਬੱਕਰੀ ਦੇ ਪੱਟਾਂ ਵਿੱਚ ਗੱਲ ਪਾ ਦੇ ਇੱਥੇ ਰੱਖ ਵਾਹ ਨੌਜਵਾਨਾਂ ਸੋਹਣੀ ਬਾਤ ਦੇ ਲਾਉਦੀ ਕੋਈ ਯਾਰ ਭਾਜੀ ਕਹਿੰਦੇ ਜੇ ਬੋਲਡ ਮਾਰਦਾ ਨਾ ਪਤਾ ਬੋਲਡ ਦਾ ਮੈਂ 200 ਰੁਪਏ ਦੇਣਾ ਵੇ ਜੇ ਤੂੰ ਬੋਲਡ ਕਰੇਗਾ 200 ਰੁਪਏ ਪਰ ਜੀ ਉਹ ਕਿੱਥੇ ਬੰਦਾ ਰਾਣਾ ਉਹ ਤਾਂ ਬਾਲਾ ਪਾੜਾ ਵੀ ਜਿਹੜਾ ਅਜੇ ਤੇ ਟਿੱਕੇ ਚੜ ਕੇ ਸਭ ਤੋਂ ਬਾਜ ਹੋ ਗਿਆ ਵੀ ਯਾਰ ਗੱਲਾਂ ਟਿਕਾਣੇ ਆ ਵੀ ਸਾਡੇ ਪਿੰਡ ਦਾ ਰਿਵਾਜ ਹੈ ਰਾਣਾ ਕੁੱਤੇ ਦੇ ਘਰ ਟਿੱਕੜੀ ਸੁਣਵਾਇਆ ਤੁਰੇਗਾ ਬਾਉੜੀ ਬਾਉੜੀ ਵੇ ਤੇ ਜਦ ਕੁੱਕਰ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ ਵੀ ਜਦ ਕੁੱਕਰ ਵਾਂਗੂ ਫੜ ਕੇ ਮਿੱਤਰਾ ਤੇਰੀ ਧੌਣ ਮਰੋੜੀ ਵੇ ਸਾਰਾ ਬੇਲਾ ਬਣਾ ਦਿੱਤਾ ਸਾਰਾ ਬੇਲਾ ਬਣਾ ਦਿੱਤਾ ਵਾਹ ਬੜਾ ਧੱਕ ਧੱਕ ਕਰਾ ਦਿੱਤੀ ਅਰੇ ਦੀਆਂ ਬਾਲਾਂ ਦੇ ਸਾਨੂੰ ਵੀ ਬੋਲਣ ਨੂੰ ਸਵਾਦ ਤਾਂ ਹੀ ਉਹਦੇ ਵਿੱਚ ਜੋ ਪੁੱਛਦੇ ਬਣਨ ਸਿੰਗਰ ਸਿੰਗਰ ਕਹਿੰਦਾ ਕਰੋ ਬਣਾਇਆ ਜਾਂਦਾ ਗੱਲਾਂ ਟਿਕਾਣੇ ਆ ਇਸ
पार्टी सरबलो ਦੇਣੇ ਤਾਂ ਦੇਣੇ ਕਿਸੇ ਗੱਲ ਕਰਕੇ ਆ।
ਵੀ ਦੇਣੇ ਤਾਂ ਦੇਣੇ ਕਿਸੇ ਗੱਲ ਨੂੰ ਮਿਹਨਤ ਦੀ ਕਮਾਈ ਆ ਮਿਹਨਤ ਦੀ ਕਮਾਈ ਆ ਦੇਣੇ ਤਾਂ ਦੇਣੇ ਕਿਸੇ ਗੱਲ ਕਰਦੇ ਆ ਦੇਣੇ ਤਾਂ ਪੱਕੀ ਆ ਲਓ ਸਾਹਮਣੇ ਖੇਡ ਦੇ ਮੌਜ ਆਸ਼ੀਸ਼ ਦਾ ਸਾਹਮਣਾ ਕਰਦਾ ਤੇ ਰਾਜ ਦੇ ਅੱਖ ਬਾਗੇ ਨੌਜਵਾਨਾਂ ਲਾਦੀ ਆਸ਼ੀਸ਼ ਸ਼ੱਕਾ ਦੇ ਅੱਖ ਬਾਗੇ ਕਰਦੇ ਮਿੱਤਰਾ ਜੇ ਸ਼ੱਕਾ ਕਿਤੇ ਸਟੇਟ ਦੇ ਆਸ਼ੀਸ਼ ਦਾ ਕਰਦਾ ਗੁਰਯਾਰ ਭਾਜੀ ਕਹਿੰਦੇ ਵੀ ਗੁਰਯਾਰ ਭਾਜੀ ਕਹਿੰਦੇ ਆਸ਼ੀਸ਼ ਸ਼ੱਕਾ ਸਟੇਟ ਦੇ ਬਾਰੇ ਕਰਦਾ 200 ਦੇ ਦੇ 200 ਦੇ ਦੇ ਅੱਜ ਆਸ਼ੀਸ਼ ਭਾਜੀ ਕਹਿੰਦੇ ਦੋ ਦਿਨ ਤੱਕ ਦੇ ਰਹਾ ਹੈ ਆਹ ਕਰੇ ਟੋਟਾ ਨਾਲ ਭਾਜੀ ਹੋ ਇੱਕ ਕੱਲਾ 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 ਦੋ ਰੂਪ ਬਾਹਰ ਜਾਣਾ ਕਿ ਤਾਂ ਚੋਪਣਾ ਤੇ ਨਾ ਚੋਪਣਾ ਤੂੰ ਗੱਲ ਛੋੜਿਆ ਲੈ ਗੁਰਯਾਰ ਭਾਜੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਵੀ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਔਰ ਗੱਲਾਂ ਟਿਕਾਣੇ ਲਾਓ ਸਾਹਮਣੇ ਕਿਤੇ ਛੱਕਾ ਸਟੇਟ ਦੇ ਦੋਸਤ ਹੋ ਗਿਆ ਬੜੇ ਬੜੇ ਬਾਹਰ ਬੋਲ ਲਾਓ ਦੀ ਸੱਤ ਰੱਖ ਲੈ ਕੇ ਸੱਤ ਰਹਿ ਗਏ ਸੱਤ ਰਹਿ ਗਏ ਸੱਤ ਰਹਿ ਗਏ ਅੱਧੇ ਅੱਧੇ ਰੰਗ ਤਾਂ ਮੈਂ ਪੁੱਛਿਆ ਇਹਨਾਂ ਦੇ ਬੋਲਾਂ ਦੇ ਵਾਇਦਾ ਵੀ ਦੇਦੇ ਆ ਵਾਇਦਾ ਵੀ ਦੇਦੇ ਆ ਵਾਇਦਾ ਦੇ ਰੰਗ ਅੱਧੇ ਹੋਣੇ ਆ ਅੱਧੇ ਬੈਠ ਦੇ ਅੱਧੇ ਵਾਇਦਾ ਦੇ ਅੱਧੇ ਵਾਇਦਾ ਦੇ ਅੱਧੇ ਬੋਲਾਂ ਦੇ ਅੱਧੇ ਕਿਤੇ ਬੈਠ ਪਾ ਲੈ ਲਾਓ ਸਾਹਮਣੇ ਖੇਡ ਰਹੇ ਮੈਦਾਨ ਵਿੱਚ ਸਟੇਟ ਛੱਕਾ ਮਿੱਤਰਾ ਸਟੇਟ ਛੱਕਾ ਦੋਸਤ ਆ ਸਟੇਟ ਛੱਕਾ ਛੱਕਾ ਸਟੇਟ ਦੇ ਬਾਹਰ ਦਾ ਫੋਰ ਦੇ ਹੋ ਰਿਹਾ ਪਰ ਕਿੱਥੇ ਚਾਰ ਆਣਾ ਬਾਹਰ ਦੇ ਫਿਰ ਮੈਨੂੰ ਲੱਗਦਾ ਦਿਖੀ ਰਹੀ ਹੋ ਤੁਸੀਂ ਨੇ ਲਾਓ ਰਨ ਜਿਹੜੇ ਮੈਨੂੰ ਲੱਗਦਾ ਤਿੰਨ ਬਾਕੀ ਆ ਤਿੰਨ ਰਨ ਜਿੱਤਣ ਲਈ ਬਾਕੀ ਤਿੰਨ ਰਨ ਜਿੱਤਣ ਬਾਕੀ ਆ ਤਿੰਨ ਰਨ ਬਾਕੀ ਜਿੱਤਣ ਲਈ ਤਿੰਨ ਰਨ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਤਿੰਨ ਰਨ ਬਾਕੀ ਅਗਲੀ ਟੀਮਾਂ ਤਿਆਰ ਦਾ ਖੜਕੀ ਤਿਆਰ ਰੱਖਣ ਦੀ ਟੀਮਾਂ ਅਗਲੀ ਟੀਮ ਆਪਣੇ ਡਿਸੀਜਨ ਦੇ ਮੁਤਾਬਕ ਤਿਆਰ ਰੱਖਣਾ ਅਗਲੀ ਟੀਮ ਵੱਡੀ ਬਵਾਲ ਤੋਂ ਬਾਅਦ ਆਦੇਸ਼ ਭਾਜੀ ਨੂੰ ਇਹਨਾਂ ਦਾ ਟੂਰਨਾਮੈਂਟ ਸਫਲ ਹੋ ਗਿਆ ਨਾਲ ਰਾਜ ਭਾਜੀ ਪ੍ਰੀਤੀ ਨਾਲ ਵੀ ਵੱਡੀ ਬਵਾਲ ਤੋਂ ਬਾਅਦ ਗੁਜਰਾਤ ਭਾਜੀ ਨੇ ਟੀਮ ਜਿੱਤ ਗਈ ਮੇਰੇ ਵੀਰੇ ਆ ਟੀਮ ਅਨਬੀਟੇਬਲ ਜੀ ਜੇਤੂ ਹੈ ਜੇਤੂ ਹੈ ਜੇਤੂ ਵੱਡੀ ਬਵਾਲ ਦੇ ਬਾਅਦ ਵੱਡੀ ਬਵਾਲ ਦੇ ਬਾਅਦ ਟੀਮ ਆਈਏ ਜੀ ਜਲਦੀ ਨਾਲ ਅਗਲੀ ਟੀਮ ਅਗਲੀ ਟੀਮ ਜੋ ਕਿ ਦੇ ਉਮੀਦ ਨਹੀਂ ਸਰ ਜਿੱਤਣ ਦੀ ਜਿੱਤ ਕੇ ਪਹੁੰਚ ਕਰਦੇ